ஜாய் ராணாரே ਸੰਸਾਰ ਵਿੱਚ ਰੂਪਾ ਸੁਖਮੇਂਦਰ ਸਭ ਕੋ ਬਾਰ ਕੋਨਾ ਕੋਈ ਪਾਸਾ ਵੀ ਰੱਖਦੇ ਹੋਏ ਪ੍ਰਕਾਸ਼ ਸਿੰਘ ਜੀ ਸਵਾਸਾਂ ਦੀ ਪੰਡੀ ਨੂੰ ਘੁੰਮਦੇ ਹੋਏ ਪਾਸਾ ਪਰਿਵਾਰ ਨੂੰ ਸੋੜਾ ਪਾ ਕਰਕੇ ਕੁੱਤਿਆਂ ਤੋਂ ਕਾਜ ਲਾਣਾ ਕਰ ਗਏ ਸਨ। ਉਹਨਾਂ ਦੀ ਰੂਹੀ ਕਲਿਆਣਤਾ ਵਾਸਤੇ ਭਲੇ ਵਾਸਤੇ ਉਹਨਾਂ ਦੇ ਸਗਲੇ ਪਰਿਵਾਰ ਵੱਲੋਂ ਪਾਸਾ ਪਰਸੋਂ ਦੇ ਰੋਜ਼ ਤੋਂ ਪ੍ਰਕਾਸ਼ ਸਿੰਘ ਜੀਆਂ ਦੇ ਗ੍ਰਹਿ ਵਿਖੇ ਪਾਸਾ ਜੀ ਆਪ ਜੀ ਦੇ ਚਰਨ ਪਾ ਕਰਕੇ ਗੁਰਬਾਣੀ ਦੇ ਪ੍ਰਵਾਹ ਚਲਾਏ ਸਨ। ਪਾਤਸ਼ਾਹ ਅੰਮ੍ਰਿਤ ਵੇਲੇ ਗੁਰਬਾਣੀ ਦੇ ਭੋਗ ਪਏ। ਉਸ ਤੋਂ ਬਾਅਦ ਪਾਤਸ਼ਾਹ ਜੀ ਆਪ ਜੀ ਦੇ ਨਿੱਜੀ ਸਥਾਨਾਂ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਦੀ ਰੂਹ ਦੇ ਭਲੇ ਵਾਸਤੇ ਪਾਤਸ਼ਾਹ ਜੀ ਉਹ ਕੀਰਤਨ ਦਰਬਾਰ ਸੱਜੇ ਬੇਅੰਤ ਸਭਾਵਾਂ ਚੱਲੀਆਂ ਪਰਿਵਾਰ ਵੱਲੋਂ। ਗੁਰੂ ਪਾਤਸ਼ਾਹ ਪਰਸੋਂ ਦੇ ਰੋਜ਼ ਤੋਂ ਹੁਣ ਤੱਕ ਬਾਣੀ ਪੜ੍ਹਦੇ ਆ, ਸੇਵਕ ਪਰਿਵਾਰ ਤੋਂ ਸੇਵਾ ਕਰਦੇ ਆ, ਸਾਧ ਸੰਗਤ ਤੋਂ ਪਾਤਸ਼ਾਹ ਜੀ ਪਹੁੰਚਣਾ ਸੀ ਇੱਥੇ ਕਿਉਂਕਿ ਇਹ ਪਰਿਵਾਰ ਦੇ ਰਿਸ਼ਤੇਦਾਰਾਂ ਨੂੰ ਬੇਟੇ ਵੱਲੋਂ
Thank you.
Thank you.
जैसे जलते गुदगुदा
Thank you.
प्यारे पत्रकार छोड़िया जी गुरु दर्शन विदार सेवा समल दान प्यारे कर सिंह दक्षण निभाया दीमान पिताड़िया दिवता सच्चे पिता धन 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 गुरुकार गुरु गोबिंद सिंह महाराज गुरु दुर्गा ठाकुर गुरु ग्रंथ साहब महाराज पातशाह जी आप जिया के चरणा कमलों में बेनती जो जड़ी अरदास है जितनी थोड़े दर के संगत कड़ी है सुख पातशाह सारी संगत वालों हथ बन के अरदास बेनती कृपा करेगा ਕੱਲਿਆ ਬਿਮਾਨ ਕਾ ਸਤੇ ਉੱਠੀ ਜਾਏ ਰਾਣਾ ਰਾਮ ਕੋ ਰਹੇ ਰੰਗ ਨਤੰਗ ਵਜ਼ੀਰ ਵਾਰੀ ਆਪੋ ਆਪਣੀ ਹੋਏ ਨਤੰਗੇ ਕੀ ਤੇ ਮਾਂ ਵਕਾਂ ਸਾਰਾ ਜੀ ਦੇ ਦਰਮ ਘਰੋਂ ਵਰਸਾਏ ਹੋਏ ਪਾਤਸ਼ਾਹ ਜੀ ਸਰਦਾਰ ਕਰਤਾਰ ਸਿੰਘ ਜੀ ਦਾ ਪਰਿਵਾਰ ਦਾਤਾ ਜੀ ਜਿਤਨੇ ਆਪ ਜੀ ਨੇ ਹਰ ਜੋਮਰਾ ਬਖਸ਼ਿਸ਼ ਕਰਕੇ ਭੇਜਿਆ ਸੀ ਸੰਸਾਰ ਵਿੱਚ ਰੂਪਾ ਸਭ ਮੇ ਅੰਦਰ ਸਭ ਕੋ ਬਾਹਰ ਨਾ ਕੋਈ ਪਾਸਾ ਵੀ ਰੱਖਣ ਗੁਰੂ ਦੇ ਹੋਏ ਪ੍ਰਕਾਸ਼ ਸਿੰਘ ਜੀ ਸਵਾਸਾਂ ਦੀ ਪੰਜੀ ਨੂੰ ਭੋਗਦੇ ਹੋਏ ਪਾਸਾ ਪਰਿਵਾਰ ਤੋਂ ਸੋੜਾ ਪਾ ਕਰਕੇ ਕੁਝ ਦਿਨਾਂ ਤੋਂ ਕਾਰ ਚਲਾਉਣਾ ਕਰ ਗਏ ਸਨ ਉਹਨਾਂ ਦੀ ਗੁਰਦੀ ਕਲਿਆਣਤਾ ਵਾਸਤੇ ਭਲੇ ਵਾਸਤੇ ਉਹਨਾਂ ਦੇ ਸਗਲੇ ਪਰਿਵਾਰ ਵੱਲੋਂ ਪਾਸਾ ਪਰਸੋਂ ਦੇ ਰੋਜ਼ ਤੋਂ ਪ੍ਰਕਾਸ਼ ਸਿੰਘ ਜੀਆਂ ਦੇ ਗ੍ਰਹਿ ਵਿਖੇ ਪਾਸਾ ਜੀ ਆ ਜੀ ਦੇ ਚਰਨ ਪਵਾ ਕਰਕੇ ਗੁਰਬਾਣੀ ਦੇ ਪ੍ਰਵਾਹ ਚਲਾਏ ਸਨ ਪਾਤਸ਼ਾਹ ਅੰਮ੍ਰਿਤ ਵੇਲੇ ਗੁਰਬਾਣੀ ਦੇ ਭੋਗ ਪਏ ਉਸ ਤੋਂ ਬਾਅਦ ਪਾਤਸ਼ਾਹ ਜੀ ਆਪ ਜੀ ਦੇ ਨਿਜਸਥਾਨਾ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਦੀ ਰੂਹ ਦੇ ਭਲੇ ਵਾਸਤੇ ਪਾਤਸ਼ਾਹ ਜੀ ਉਹ ਕੀਰਤਨ ਦਰਬਾਰ ਸੱਜੇ ਬੇਅੰਤ ਸਭਾਵਾਂ ਚੱਲੀਆਂ ਪਰਿਵਾਰ ਵੱਲੋਂ ਗੁਰੂ ਪਾਤਸ਼ਾਹ ਪਰਸੋਂ ਦੇ ਰੋਜ਼ ਤੋਂ ਹੁਣ ਤੱਕ ਬਾਣੀ ਪੜ੍ਹਦੇ ਆ ਸੇਵਕ ਪਰਿਵਾਰ ਤੋਂ ਸੇਵਾ ਕਰਦਿਆਂ ਸਾਧ ਸੰਗਤ ਤੋਂ ਪਾਤਸ਼ਾਹ ਗੁਰੂ ਵਿੱਚ ਆਉਂਦਿਆਂ ਜਾਂਦਿਆਂ ਬਾਣੀ ਸੁਣਦਿਆਂ ਬਹੁਤ ਭੁੱਲਾਂ ਹੋਈਆਂ ਮੇਰਾ ਕਰਕੇ ਸਭ ਦੀਆਂ ਭੁੱਲਾਂ ਚੁੱਕਾਂ ਦੀਆਂ ਮਾਫੀਆਂ ਬਖਸ਼ ਕੇ ਗੁਰੂ ਪਾਤਸ਼ਾਹ ਪੜ੍ਹੀ ਸੁਣੀ ਬਾਣੀ ਦਾ ਫਲਾ ਦੇਸ਼ ਕੀਤੀ ਗਈ ਪਰਿਵਾਰ ਵੱਲੋਂ ਸੇਵਾ ਦਾ ਫਲਾ ਦੇਸ਼ ਵਿਛੜ ਗਈ ਰੂਹ ਪ੍ਰਕਾਸ਼ ਸਿੰਘ ਜੀਆਂ ਜੀ ਨੂੰ ਪਹੁੰਚਾ ਦੇਣਾ ਆਪਣੇ ਚਰਨਾਂ ਵਿੱਚ ਨਵਾਸਾਂ ਵਿੱਚ ਦੇਣਾ ਪਾਤਸ਼ਾਹ ਪਿੱਛੋਂ ਉਹਨਾਂ ਦੇ ਸਾਰੇ ਪਰਿਵਾਰ ਦੇ ਸਿਰ 'ਤੇ ਮਿਹਰ ਦਾ ਹੱਥ ਰੱਖ ਕੇ ਭਾਣਾ ਮੰਦਾ ਪਰ ਬਖਸ਼ਣਾ ਸੁੱਖ ਸ਼ਾਂਤੀਆਂ ਬਤਾਉਣੀਆਂ ਮੁਖਰੀ ਨਵਾਜ ਪਾਤਸ਼ਾਹ ਪਰਿਵਾਰ ਦਾ ਭਲਾ ਕਰਿਓ ਆਉਣ ਵਾਲਾ ਸਮਾਂ ਸੇਵਕ ਪਰਿਵਾਰ ਦਾ ਚੜ੍ਹਦੀਆਂ ਕਲਾ ਵਾਲਾ ਤੰਦਰੁਸਤੀਆਂ ਵਾਲਾ ਹੋਵੇ ਕਿ ਨਵਾਜ ਪਾਤਸ਼ਾਹ ਜੀਓ ਸਾਰੀ ਸੰਗਤ ਦੀ ਬੇਨਤੀ ਹੈ ਪ੍ਰਵਾਨ ਕਰ ਲੈਣੀ ਬਲਕਾਰ ਸਿੰਘ ਜੀਆਂ ਨੂੰ ਆਪਣੇ ਚਰਨਾਂ ਵਿੱਚ ਕੀਤੀ ਮਾਸਾ ਬਖਸ਼ ਦੇਣਾ ਮਹਾਰਾਜ ਜੀਓ ਬਖਸ਼ ਦੇਣਾ ਪਿਛਲੇ ਯੋਗਾਂ ਨੂੰ ਬਖਸ਼ ਕੇ ਪ੍ਰਭ ਆਕੇ ਮਾਰਗ ਪਾਵੇ ਕਰਮ ਦੇ ਚੜਕੇ ਬਹੁਤ ਪਾਤੂ ਬਹੁਤ ਪਿਤਾ ਕਰ ਲਾਵੇ ਗਲਤੀਆਂ ਨੂੰ ਮਾਂ ਚਤਾਰਨਾ ਪਾਤਸ਼ਾਹ ਜੀ ਦੇ ਕੋਲੋਂ ਬਿਰਤ ਭੁੱਲਾਂ ਹੋ ਜਾਂਦੀਆਂ ਸੰਸਾਰ ਵਿੱਚ ਬਲਕਾਰ ਸਿੰਘ ਜੀ ਕੋਲੋਂ ਵੀ ਬਿਰਤ ਭੁੱਲਾਂ ਹੋਈਆਂ ਹੋਣਗੀਆਂ ਬਖਸ਼ ਲੈਣਾ ਪਾਤਸ਼ਾਹ ਬਖਸ਼ ਲੈਣਾ ਇਸ ਵਕਤ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਉਹ ਸੰਬੰਧ ਮਾਈ ਪਾਈ ਨੇ ਗੁਰੂ ਨੇੜਿਓ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਸਭ ਦੀਆਂ ਹਾਜ਼ਰੀਆਂ ਕਿਰਪੁਰ ਬਿਠਾਵਾਂ ਦਰ ਤੇ ਪ੍ਰਵਾਨ ਕਰਿਓ ਗਰੀਬ ਨਵਾਜ ਪਾਤਸ਼ਾਹ ਜੀ ਆਓ ਸੇਵਕ ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਭੋਗਦੇ ਸਮੇਂ ਤੇ ਕਿਹੜਾ ਪ੍ਰਸਾਦ ਜੀ ਦਰਬਾਰ 'ਚ ਭੇਟਾ ਦਾ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਸੀ ਪ੍ਰਸਾਦ ਆਪ ਜੀ ਦੀ ਸੰਗਤ ਛਕੇ ਜੋ ਛਕੇ ਮਿੱਤਰੋਂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜਪੇ ਸੇਵਕ ਪਰਿਵਾਰ ਦੀ ਸੇਵਾ ਨੂੰ ਸਫਲਾ ਕਰਨਾ ਪਾਤਸ਼ਾਹ ਜੀ ਦਾ ਫਲ ਪਿਛਲੀ ਗੁਰੂ ਨੂੰ ਪਹੁੰਚਾ ਦਿਓ ਮਹਾਰਾਜ ਐਸ ਵਕਤ ਮਹਾਰਾਜ ਸਾਧ ਸੰਗਤਾਂ ਨੂੰ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਕੇ ਕਰਨ ਦਾ ਬਲ ਬਖਸ਼ੋ ਬੇਅੰਤ ਭੁੱਲਾਂ ਚੁੱਕਾਂ ਦੀਆਂ ਮਾਫੀਆਂ ਬਖਸ਼ਦੇ ਹੋਏ ਸਾਰੀ ਸੰਗਤ ਨੂੰ ਦਰਮ ਕਰੋ ਤੰਦਰੁਸਤੀਆਂ ਨਾਮ ਦੀਆਂ ਸਿਮਰਨ ਦੀਆਂ ਦਾਤਾਂ ਬਖਸ਼ਦੇ ਹੋਏ ਪਾਤਸ਼ਾਹ ਜੀ ਆਓ ਸੇਵਕ ਪਰਿਵਾਰ ਦਾ ਭਲਾ ਕਰਿਓ ਮਹਾਰਾਜ ਪ੍ਰਕਾਸ਼ ਸਿੰਘ ਦੇ ਬੱਚਿਆਂ ਦੀਆਂ ਲੰਬੀਆਂ ਆਤਮਾ ਬਖਸ਼ੋ ਚੜ੍ਹੀਆਂ ਕਰਾ ਕਰਿਓ ਕਰੋ ਕਿਰਪਾ ਪਾਤਸ਼ਾਹ ਜੀ ਓ ਸਹੀ ਪਿਆਰੇ ਮਿਲੋ ਜਿੰਨਾ ਮਿਲਿਆ ਜੀ ਦਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾੜੀ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਹੀਵਾਲ ਦਰਿਆ ਵੇਖਣੇ ਬਗਲਾ ਵੇਖਾ ਕੇਲ ਕਰੇ ਕੇਲ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
मैं बेनती करना मनमोहन सिंह गुंदावा जी और सत्तर बुल पेट करना सब का धन धन श्री गुरु ग्रंथ साहब जी महाराज की हाजिरी अज सारे अपना सरदार बलकार सिंह ग्रोह की अंतम अरदास शामिल होने की गुरु महाराज के चरणों आ रहे हैं। मेरा उन्होंने अभ्यास किया भरावों को रहा भी रब का पता नहीं लगता कदों किस तरह हो किस चीज़ में खोके लै जाता है। बीमारी सी इलाज भी हैगा सी बहुत ही दुखी घटना परिवार वास्ते सभी मित्र सहयोग वास्ते एक बहुत ही होनहार खूबसूरत अफसर भी सी इंसान भी सी रौनकी सी जिथे जाते रौनक ला लेंगे सी। मैं कारपुरख के चरण सिर्फ इन अरदास करूँगा कि सच्चे पातशाह साढ़े को धर्म छोड़ लिया हम अपने चरणों में आके रखे हो तो परिवार के मेहर भरिया हमेशा ही उन्होंने भाड़ा मनने का बल बख्शो। इन शब्दों मैं संगत को सेवा का जाचना वाहेगुरू जी का खालसा वाहेगुरू जी की बेनती करा धन धन श्री गुरु ग्रंथ साहब जी की बहुत छोटी सत्संग रस्मा पुत्र करिए वाहेगुरू जी का खालसा वाहेगुरू सरदार गुरु का सिंह जी का संसार आके अपने फर्जा के ड्यूटियों में निभाया हो कुछ समय की बीमारी तो बाद शरीर में शोरा देते जाए जंग उत्ते गुरु महाराज ने लिखा है मरण लिखाई मंडल में जो इंसान आया ये परमात्मा का वाहगुरु का आम का दैब है वह संसार को जान का भी समा श्वासा की पूंजी जी गुरु महाराज ने बख्शी है वो अपने श्वासा की पूंजी पूरी कर दिया हुआ है वो साढ़े से रच गया। मैं सरदार प्रकाश सिंह जानना तो लगभग 1992 तो ही हाँ मैं एक गल कहांगा आना जाना संसार तो सब का होना है अच्छे इंसान के अच्छे कर्मों के नाल इंसान की पहचान चाहे वो जई के रूप चले चाहे एस टी ओ के रूप चले अपने काम के नाल संस्या और काम करके देना उन्होंने एक अच्छी सोच बीमारी के समय के दौरान भी मैं एक दो बार हाल चाल टैलीफोन से जिसने पूछा जो घर गए तो मैं क्या सरदार बलकार सिंह जी जरा घर बैठने वाले कितने दफ्तर आया करो तो दफ्तर आके बैठा करो मन बोल आना आए भी पर मन के उन्होंने बोझ भी सी जी उन्होंने अचानक पिछे बाल बालक के अंदर बच्चे की एक घटना जी बाकी बाबरी सी वह भी एक मन के टेंशन ठीक है। गुरु महाराज के हुक्म के अनुसार संसार चलिया और चलता ही रहना है जड़ा भी इंसान जीव जड़ा भी आया उस कम के काम जड़ा इंसान ने ईश्वर ने परमात्मा ने सौंपया वो पूरा करना चाहिए और पूरा करद्या होया ही तो उसने जो गुणा की गल जी चलती चलाने वाले इंसान सी नेक सी परिवार के अंदर नहीं समाज के अंदर सांझ पाई सी अच्छी सांझ होने के बावजूद कभी भी उन्होंने उस तरह की गल नहीं की जिस लगे भी मन के अंदर कोई सोच है ऊंचे की सोच है
ایسے انسان کا جانا میں سمجھنا کوئی کمی ہے. پریوار میں بڑا بڑا گھاٹا پیا ہے, سماج میں بھی پیا ہے. میں ملکل کونسل پردھان ہونے کے ناطے میں اس پریوار کے نام دکھ سانجا کرتا ہوا واحگ کے چرن بینتی کرتا کہ واحگ سچے پاتشاہ انہوں نے اپنے چرن سے نواز بخشی, پچھوں پریوار میں پانا من اللہ تعالی رکھی. میں اپنے وجہ سے اپنی بھارتی جنتا پارٹی اور لوک سبھا سے نویت کرتا ہوں کہ مہارا جائے گا واحگ جی کا خالصہ بہت بہت آئے ہیں. سردار پدم سنگھ جی ایم سی, ونے مہاجن ایم سی, سدیو مہاجن ایم سی, دلاب سنگھ ریکھاکار, بلویر سنگھ جی راجا سنگھ جی راج کمار ایم سی, ٹائم نہیں دے سکتے کافی ہو گیا. میں بےنتی کراں گا سابقہ چیئرمین کو ٹرسٹر سردار پردیپ سنگھ کالا جی پوری پریوار کے نام سارے اپنے بہت ہی ہر منگ پیارے سجن چنگے رشتے دار صاحب نوتار سنگھ جی گوڑ جنہوں نے انتم ارداس میں شامل ہو گئی اتنے اکتر ہوئے سما غمگین ہے. سمے تو پہلا موت اور پریوار میں پہلے بڑی گاٹا یہ سارے سارے دماغ میں بار بار آ رہے ہیں, پر قدرت کا کیا نہیں بڑھیا جا سکتا. جو جو سوگن سہر پر ہو آج کے بعد دنیا پہ آئی کوئی بھی جیت کی تڑی وہ سدا نہیں رہے گی. یہ سارے گرو گرنتھ صاحب کا درد ہے. جنم تو بعد ماں پیو کی سکھیا نال منک جڑا وہ سماج میں وچرن یوگ ہوتا ہے. میں سمجھنا آپ لگ بھگ کٹھے پڑھتے رہے ہیں. میں سمجھنا بھی سردار ملکار سنگھ نے اپنی ذمہ داریاں پوری تنہائی نہ لگائی, پریوارک ذمہ داری انہیں اپنے بچوں کو پڑھایا, چنگے تھان انہیں سیٹ کروایا, سماجک ذمہ داری انہیں سماجک سماج کے وچردیا ہر بندے نے پیار کیا. خوش دل آدمی سی, جتنے بہنا اتنے رونق لگ جانی. اور موت کا سما جا کیا جانے کہ مرے گی کیسا مرنا پڑے. پرماتما نے اپنے ہاتھ سے سارا کچھ رکھا, کارن سما ستھان. پر میں ایک گل ضرور کہنی چاہنا کہ جڑے حساب نال سن کھان پینے ملاوٹ مل رہی ہیں, بلڈ پریشر, شوگر, یہ ہارٹ کا سلو چلنا, تھی اپنے چارج کرے جاتی مار کے دیکھ لو, پر کسی بھی سرکار کا اس بنے کوئی دھیان نہیں. لوگ مر رہے ہیں پردوشن کرتے, ملاوٹی چیزیں کھا رہے ہیں, کسی کو دودھ نہیں صحیح ملتا, کسی کو کھان پینے کی کوئی بھی چیز جی صحیح نہیں ملتی. سو میں کہنا کہ سرکار کو اس بنے وشیش دھیان دینا چاہیے. خطرے کی گھنٹی ہے کہ ایوریج عمر 60 سال تو بھی تھلے آ گیا. میرا خیال 65 سال ہوئے گا بلکار سنگھ میرے کو 5-7 مہینے شاید بڑا ہوئے گا. ہے خطرے کی گھنٹی ہے سارے سماج واسطے. سو ایسا کچھ کہتا ہے میں پرماتما دے کے ارداس کرتا کہ سچے پاتشاہ انہوں کے پریوار کو بھی بڑا گھاٹا پیا, کرپا کرو سنگت کی ارداس مانتا دو, یہ پریوار اگے تو حوصلہ رکھ کے چڑھ بھی کلا چلے. جنہ بھی کہہ رہا فلما کا جا چکا واحگ جی کا خالصہ واحگ جی کا میں انہیں پردیپ سنگھ سنگت کی ارداس کی دستی ہے ٹھیک کر دیا. اس پریوار کے کولوں گاڑی چلی جاتی ہے, پریوار جو بیتتی ہے پریوار میں پتا لگتا ہے. پر دکھ کے وچ شریک ہوئی جو گھٹتا ہے کیونکہ پرماتما کی رجا
ਬਾਬਾ ਟਾਦ ਰਾਏ ਜੀ ਜਦੋਂ ਖੇਡਦੇ ਸਨ ਛੁੱਟੀ ਅਵਸਥਾ 'ਚ ਬਚਪਨ 'ਚ ਖੇਡਦਿਆਂ ਖੇਡਦਿਆਂ ਆਪਣੇ ਦੋਸਤ ਨੂੰ ਲੱਭਦੇ ਗਏ, ਉਸਦੇ ਘਰ ਚਲੇ ਗਏ। ਅੱਜ ਇਹਦੀ ਵਾਰੀ ਹੀ ਸੁਣਦੀ ਲਈ ਬਾਬਾ ਟਾਦ ਰਾਏ ਨੇ ਉਹਨਾਂ ਨੂੰ ਉਹਨਾਂ ਦੀ ਮਾਤਾ ਨੂੰ ਕਹਿੰਦੇ ਵੀ ਇਹਦੀ ਵਾਰੀ ਸੀ, ਇਹ ਵਾਰੀ ਕਿਉਂ ਨਹੀਂ ਲਾਈ ਇਹਨੇ, ਅਸੀਂ ਖੇਡਣ ਗਏ ਤਾਂ ਮਾਤਾ ਚੁੱਪ ਕੀਤੀ ਰਹੀ। ਇਹ ਬਾਬਾ ਟਾਦ ਰਾਏ ਨੂੰ ਮੈਂ ਕੀ ਆਖਾਂ, ਉਹ ਤਾਂ ਮੇਰਾ ਸੱਤ ਲੜਕੇ ਚੜ੍ਹਾਈ ਕਰ ਗਿਆ, ਉਹ ਚੁੱਪ ਕੀਤੀ ਰਹੀ। ਬਾਬਾ ਟਾਦ ਰਾਏ ਨੇ ਖੁੰਡੀ ਦੇ ਨਾਲ ਆਪਣੇ ਦੋਸਤ ਨੂੰ ਧੌਣ 'ਚ ਖੁੰਡੀ ਰੱਖ ਕੇ ਕਹਿੰਦੇ ਆ ਵਾਰੀ ਆਈ ਤੁਹਾਨੂੰ ਸੌਂਦਿਆਂ ਲੱਗੀ ਤਾਂ ਕਿ ਉੱਠ ਵਾਰੀ ਦੇ। ਪਹਿਲੇ ਇੰਨੀ ਗੱਲ ਕਹਿਣ ਦੀ ਦੇਰ ਹੀ ਸੀ ਬਾਬਾ ਟਾਦ ਰਾਏ ਜੀ, ਉਹ ਦੋਸਤ ਜਿਸਦੀ ਮੌਤ ਹੋਈ ਸੀ ਉਹ ਉਤਕਾਰ ਲੋਕ ਦੋ ਗਿਆ, ਇਹਦਾ ਵਾਰੀ ਨਹੀਂ ਚੁੱਕਿਆ ਤੂੰ, ਵਾਰੀ ਦੇਣ ਕਰਕੇ ਤੂੰ ਲੰਮੀ ਤਾਣ ਲਈ। ਜਦੋਂ ਹਰਮਨ ਪਾਤਸ਼ਾਹ ਛੇਵੇਂ ਪਾਤਸ਼ਾਹ ਨੂੰ ਪਤਾ ਲੱਗਾ, ਬਾਬਾ ਜੀ ਦੀ ਚਰਚਾ ਹੋਣ ਲੱਗੀ, ਟਾਦ ਰਾਏ ਨੂੰ ਕਹਿੰਦੇ ਛੇਵੇਂ ਪਾਤਸ਼ਾਹ ਪੁੱਤਰ ਜੀ ਇਹ ਕੀ ਕੀਤਾ, ਗੁਰੂ ਦੇ ਭਾਣੇ ਦੇ ਵਿੱਚ ਪਰਮਾਤਮਾ ਦੇ ਭਾਣੇ ਵਿੱਚ ਤੂੰ ਸ਼ਰੀਕ ਹੋ ਗਿਆ, ਇੱਦਾਂ ਤੈਨੂੰ ਨਹੀਂ ਜੀ ਚਾਹੀਦਾ। ਛੋਟੇ ਸਨ ਉਹਦੇ ਪਿਤਾ ਜੀ, ਸਾਨੂੰ ਪਤਾ ਨਹੀਂ ਸੀ, ਅਸੀਂ ਤਾਂ ਵਾਰੀ ਅਸੀਂ ਤਾਂ ਖੇਡ ਖੇਡਣ ਡੇ ਸੀ, ਅਤੇ ਮੈਂ ਤਾਂ ਖੇਡਦੇ ਤਾਂ ਹੀ ਉਹਨਾਂ ਨੂੰ ਗਿਆ, ਉਹਨਾਂ ਦੇ ਕੋਲ ਰਖਾਇਆ ਹੈ। ਪਿਤਾ ਜੀ ਕਹਿੰਦੇ ਜਾਂ ਤੂੰ ਰਹਿ ਜਾਂ ਮੈਂ ਰਹਿਣਾ, ਛੇਵੇਂ ਪਾਤਸ਼ਾਹ ਜੀ ਦੇ ਪੁੱਤਰ ਜੀ ਤੂੰ ਰੱਬ ਦਾ ਸ਼ਰੀਕ ਹੋ ਗਿਆ, ਇੱਦਾਂ ਨਹੀਂ ਹੋਣਾ, ਥਾਲ ਤੂੰ ਦਿੱਤਾ ਹੈ ਜਾਂ ਦੁਨੀਆਂ 'ਤੇ ਮੈਂ ਰਹਿਣਾ ਜਾਂ ਤੂੰ ਰਹਿ। ਕਹਿੰਦੇ ਨਹੀਂ ਪਿਤਾ ਜੀ, ਤੁਹਾਡੀ ਸੰਸਾਰ 'ਚ ਲੋੜ ਹੈ, ਦੁਨੀਆਂ ਦੀ ਬਹੁਤ ਵੱਡੀ ਆ, ਗੁਰੂ ਦੀ ਪਦਵੀ ਹੈ। ਗੁਰੂ ਪਿਆਰੀ ਸਾਹਿਬ ਸਿੰਘ ਜੀ ਜਦੋਂ ਆਪਾਂ ਜ਼ਿੰਦਗੀ 'ਚ ਜੀਂਦੇ ਹਾਂ ਨਾ, ਗੁਰਬਾਣੀ ਦਾ ਆਸਰਾ ਰੱਖ ਕੇ ਜੀਂਦੇ ਹਾਂ, ਅਤੇ ਗੁਰੂਆਂ ਦੀਆਂ ਕਹਾਣੀਆਂ ਬਾਣੀਆਂ ਨੂੰ ਆਪਣੇ ਸਿਰ ਮੱਥੇ ਰੱਖ ਕੇ ਜੀਂਦੇ ਹਾਂ, ਕਿਉਂਕਿ ਹਾਦਸਾ ਬਹੁਤ ਵੱਡਾ ਵਾਪਰਿਆ। ਪਹਿਲਾਂ ਪੁੱਤਰ ਚਲਾ ਗਿਆ, ਮਾਤਾ ਕੰਮ ਚਲੀ ਗਈ, ਚਲੀ ਭਲੀ, ਪੁੱਤਰ ਚੰਗਾ ਭਲਾ ਚਲਾ ਗਿਆ, ਜਵਾਨ ਪੁੱਤ ਚਲ ਗਿਆ, ਬਾਪ ਦੇ ਸਿਰ 'ਤੇ ਕੀ ਬੀਤੀ ਹੋ ਗਈ। ਪਰ ਜਦੋਂ ਇੱਧਰ ਮਾਤਾ ਵੱਲ ਦੇਖਦੇ ਹਾਂ ਨਾ, ਫਿਰ ਜ਼ਿੰਦਗੀ ਜੀ ਜਾਂਦੀ ਹੈ, ਕਿਉਂਕਿ ਬੰਦਾ ਮਨ ਦੇ ਵਿੱਚ ਵਹਿਮ ਰੱਖ ਰੱਖ ਕੇ ਹੀ ਸਰੀਰ ਨੂੰ ਰੋਗ ਲਾਈ ਜਾਂਦਾ। ਉੱਧਰ ਬਾਬਾ ਖਿਦਤਾ ਜੀ ਇੰਨਾ ਆਨੰਦਪੁਰ ਸਾਹਿਬ ਦੇ ਲਾਗੇ ਧਰਤੀ 'ਤੇ ਕਿਸੇ ਗਰੀਬ ਦੀ ਗਊ ਨੂੰ ਜਵਾ ਦਿੱਤਾ, ਗਰੀਬ ਰੋਂਦਾ ਹੈ ਮੈਂ ਇਹੋ ਦੁੱਧ ਜੋੜ ਕੇ ਆਪਣਾ ਗੁਜ਼ਾਰਾ ਕਰਦਾ ਹਾਂ, ਤਾਂ ਬਾਬਾ ਜੀ ਨੇ ਦੋ ਜਲ ਦੇ ਸਿੱਟੇ ਮਾਰੇ, ਗਾਈ ਜਵਾ ਦਿੱਤੀ, ਛੇਵੇਂ ਪਾਤਸ਼ਾਹ ਨੂੰ ਫਿਰ ਪਾ ਲੱਗਾ, ਬਾਬੇ ਬਜ਼ੁਰਗ ਨੇ ਜਾਂ ਗਾਈ ਜਵਾ ਦਿੱਤੀ, ਬੜਾ ਰੌਲਾ ਪੈ ਗਿਆ, ਅਤੇ ਮਾਲਕ ਨੇ ਉਹਨਾਂ ਨੂੰ ਵੀ ਝਿੜਕਿਆ। ਇਹ ਤਾਂ ਕੀ ਕੀਤਾ ਬਾਬਾ ਬਜ਼ੁਰਗਾ ਜੀ, ਮਰੇ ਜੀਂਦੇ ਕਰੀ ਜਾਂਦੇ ਨੇ, ਰੱਬ ਦੇ ਕਿਵੇਂ ਸ਼ਰੀਕ ਬਣੀ ਜਾਂਦੇ ਹੋ ਤੁਸੀਂ, ਗਲਤ ਕਰ ਰਹੇ ਹੋ। ਉਹਨਾਂ ਵੀ ਕਿਤਾਬਾਂ ਨੂੰ ਮਾਫ਼ੀ ਮੰਗ ਕੇ ਚਾਦਰ ਤਾਣ ਕੇ ਆਪਣਾ ਸਰੀਰ ਛੱਡਣਾ ਪਿਆ। ਗੁਰੂ ਪਿਆਰੋ ਕਹਿਣਾ ਸੌਖਾ ਵਾ, ਸਾਡੇ ਵੱਲ ਤਾਂ ਵੀ ਕਹਿਣਾ ਸੌਖਾ, ਭਾਣਾ ਮੰਨੋ, ਭਾਣਾ ਮੰਨਣਾ ਬਹੁਤ ਹੀ ਔਖਾ ਵਾ। ਭਾਣਾ ਗੁਰੂ ਦੀ ਸੰਗਤ ਜਾਣ ਕੇ ਮੰਨਿਆ ਜਾਂਦਾ, ਭਾਣਾ ਪਰਮੇਸ਼ਰ ਦੀ ਬਾਣੀ ਪੜ੍ਹ ਕੇ ਮੰਨਿਆ ਜਾਂਦਾ। ਜਦੋਂ ਭਾਣਾ ਮੰਨਣ ਦੀ ਗੱਲ ਆਈ ਤਾਂ ਮਾਤਾ ਜੀ ਤੋਂ ਨੇ ਰਾਤ ਦੇਖਿਆ ਕਿ ਮੇਰੇ ਪੁੱਤ ਦੇ ਸ਼ਹੀਦ ਹੋ ਰਹੇ ਨੇ, ਮੇਰਾ ਘਰ ਉੱਡ ਰਿਹਾ ਹੈ। ਗੁਰੂ ਜੀ ਆਪਣੇ ਪੁੱਤਰਾਂ ਨੂੰ ਮਿਲ ਗਏ ਸੀ ਅਤੇ ਉਹ ਕਹਿੰਦੇ ਇਹ ਪੁੱਤ ਜਵਾਨ ਹੋ ਰਹੇ, ਜਿਹੜਾ ਵਿਆਹ ਦੇਖਾਂਗੇ। ਮਾਤਾ ਜੀ ਤੋਂ ਆਪਣੇ ਪੁੱਤਾਂ ਤਾਂ ਹੀ ਕਹਿ ਰਹੀ ਹੈ ਵੱਡੇ ਪਾਤਸ਼ਾਹ ਜੀ ਨੂੰ, ਕਹਿੰਦੇ ਠੀਕ ਹੈ ਵਿਆਹ ਹੀ ਹੋਣਾ, ਪਰ ਇਹਨਾਂ ਦਾ ਵਿਆਹ ਮੌਤ ਦੇ ਨਾਲ ਹੋਣਾ। ਅਤੇ ਮਾਤਾ ਪਤੀ ਗੁਰਦੇਵ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੁੱਖ ਸੁੱਖ ਬੋਲੋ, ਪਰ ਭਾਣਾ ਸੀ ਨਾ ਭਾਣਾ ਕੱਲ ਜਿਹੜਾ ਕੱਲ ਹੋਣਾ ਸੀ, ਰਾਤ ਹੀ ਮਹਾਰਾਜ ਨੇ ਵਿਖਾ ਦਿੱਤਾ ਵੀ ਸਾਰਾ ਪਰਿਵਾਰ ਉੱਜੜ ਗਿਆ, ਸਾਰਾ ਪਰਿਵਾਰ ਇਸ ਕੌਮ ਦੀ ਭੇਟ ਚੜ ਗਿਆ। ਅਤੇ ਮਾਤਾ ਨੂੰ ਸਿਰ ਸਵਾਮੀ ਜੀ ਇਹ ਵੀ ਵਿਖਾ ਲਿਆ ਜੋ ਰਾਤ ਸੁਪਨੇ ਦੇ ਵਿੱਚ, ਸੁਪਨੇ ਦੇ ਵਿੱਚ ਸਾਰਾ ਪਰਿਵਾਰ ਹੀ ਦੇਸ਼ ਦੀ ਭੇਟ ਚੜ ਗਿਆ। ਅਤੇ ਮੇਰੇ ਮਾਲਕ ਹੱਥ ਜੋੜ ਕੇ ਕਹਿੰਦੇ ਸਤਿਗੁਰ ਕਰਤਾਰ ਨੇ ਇੱਦਾਂ ਹੀ ਕਰਨਾ। ਅਤੇ ਮਾਤਾ ਜੀ ਤੋਂ ਕਹਿੰਦੇ ਮੈਂ ਨਹੀਂ ਦੇਖ ਸਕਦਾ,
ਐਡੇ ਵੱਡੇ ਪਰਿਵਾਰ ਭਾਣੇ ਨੂੰ, ਐਡੇ ਦੁਖਦਾਈ ਭਾਣੇ ਨੂੰ ਮੈਂ ਵੇਖ ਨਹੀਂ ਸਕਦੀ। ਨਿਰਤੇ ਕਿਰਪਾ ਕਰੋ ਸਵਾਮੀ ਜੀ, ਮੈਂ ਉਹ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨਾ, ਮੈਂ ਪਹਿਲਾਂ ਇਹਨਾਂ ਪੁੱਤਾਂ ਤੋਂ ਪਹਿਲਾਂ ਚਲੀ ਜਾਵਾਂ। ਅਤੇ ਮਾਤਾ ਜੀ ਤੋਂ ਆਪਣੀ ਆਪ ਜੀ ਤੋਂ ਪਹਿਲਾਂ ਆਪਣੇ ਪੁੱਤਾਂ ਨੂੰ ਨਾਮ ਦੇ ਸਹਾਰ ਦੀ ਚਲੇ ਗਈ। ਇਸ ਕਰਕੇ ਗੁਰੂ ਮਹਾਰਾਜ ਦੀ ਵਾਰੀ ਫਿਰ ਵੀ ਜਦੋਂ ਜਾਓਗੇ ਨਾ ਘਰੋਂ ਘਰੋ ਕਰੀ, ਇੱਕ ਚਿੱਤ 'ਚ ਇੱਕ ਮਨ ਅਰਦਾਸ ਹੁੰਦੀ ਆ ਕਿ ਸੱਚੇ ਪਾਤਸ਼ਾਹ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬੰਦਬਸੀ, ਇਸ ਪਰਿਵਾਰ 'ਤੇ ਹੁਣ ਅੱਗੋਂ ਕਿਰਪਾ ਕਰਿਓ, ਗਾਂ ਤੋਂ ਬੱਚਿਆਂ 'ਤੇ ਕਿਰਪਾ ਕਰਿਓ। ਬਲਕਾਰ ਸਿੰਘ ਨੂੰ ਕਿਹੜੀਆਂ ਜੂਨਾਂ ਤੋਂ ਬਚਾਇਓ। ਇੱਕ ਸਿੱਖ ਦੀ ਇੱਕ ਸੰਗਤ ਦੀ ਅਰਦਾਸ ਜਿਹੜੀ ਆ ਬਹੁਤ ਵੱਡੀ ਆ। ਗੁਰੂ ਮਹਾਰਾਜ ਨੇ 21 ਵਿਸ਼ਵੇ ਸੰਗਤ ਨੂੰ ਕਿਹਾ, ਗੁਰੂ ਨੇ ਆਪਣੇ 'ਤੇ ਇੱਕ ਵਿਸ਼ਵੇ ਵੱਧ ਕਰ ਦਿੱਤਾ, ਗੁਰੂ ਦੀ ਸੰਗਤ ਅਰਦਾਸ ਕਰੇ ਅਤੇ ਮੈਨੂੰ ਮੈਂ ਮੁੜਦਾ ਨਹੀਂ ਕਰੀ। ਇਸ ਕਰਕੇ ਗੁਰੂ ਪਿਆਰਿਓ ਸਰਦਾਰ ਜਗਤਾਰ ਸਿੰਘ ਨੇ ਬੜੀਆਂ ਵੱਡੀਆਂ ਮੱਲਾਂ ਮਾਰੀਆਂ। ਆਪਣੇ ਪਿਤਾ ਸਰਦਾਰ ਸਵਰਨ ਸਿੰਘ ਜੌਹਲ ਦਾ ਨਾਮ ਉੱਚਾ ਕੀਤਾ, ਜਿੱਥੇ ਚੰਗੀ ਐਜੂਕੇਸ਼ਨ ਲਈ ਆਪਣੇ ਭਰਾਵਾਂ ਨੂੰ ਪੜ੍ਹਾਇਆ ਨਾਲ। ਮੈਨੂੰ ਅਜੇ ਵੀ ਚੇਤਾ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਅਤੇ ਜਦੋਂ ਕਿਤੇ ਮੈਥ ਆ ਜਾਣਾ ਅਤੇ ਕੁਲਵੰਤ ਨੇ ਕਿਹਾ ਮੇਰਾ ਭਰਾ ਬਹੁਤ ਮੈਥ ਦਾ ਇੰਟੈਲੀਜੈਂਟ ਹੈ, ਆਪਾਂ ਮੈਥ ਨੂੰ ਨਾ ਦੋ ਪੜ੍ਹਾ ਦਿੰਦੇ ਹਾਂ। ਮੈਨੂੰ ਅਜੇ ਪ੍ਰਾਣੀਆਂ ਦੀਆਂ ਯਾਦਾਂ ਨਿੱਕੀਆਂ ਹੁੰਦੀਆਂ। ਬਹੁਤ ਹੁਸ਼ਿਆਰ ਸੀ ਉਸਤਾਦ ਸਰਦਾਰ ਸਿੰਘ। FDO ਦੀ ਪਦਵੀ 'ਤੇ ਜਾਣਾ ਕੋਈ ਸੌਖੀ ਗੱਲ ਨਹੀਂ ਹੈ। ਆਪਣੇ ਪਰਿਵਾਰ ਦੇ ਵਿੱਚੋਂ, ਜੱਟਾਂ ਦੇ ਪਰਿਵਾਰ ਤੋਂ, ਵਾਹੀ ਦੇ ਵਿੱਚੋਂ ਉੱਠ ਕੇ ਆਪਣੇ ਭਰਾਵਾਂ ਨੂੰ ਵੀ ਪੜ੍ਹਾਉਣਾ, ਆਪਣੀਆਂ ਭੈਣਾਂ ਨੂੰ ਵੀ ਪੜ੍ਹਾਉਣਾ, ਆਪਣੇ ਬੱਚਿਆਂ ਨੂੰ ਪੜ੍ਹਾਉਣਾ, ਕਿੰਨੀ ਤਰੀਕ ਲਾਉਣੀ, ਇਹ ਤਾਂ ਪਰਮਾਤਮਾ ਦਾ ਹੁਕਮ ਹੈ, ਸਭ ਨੇ ਜਾਣਾ ਹੈ। ਪਰ ਕਦੀ ਕਿਸੇ ਦਾ ਦਿਲ ਨਾ ਕਿਹੜਾ ਦਿਖਾ ਕੇ ਜਾਵੇ, ਇਹਨੂੰ ਹਮੇਸ਼ਾ ਹੀ ਦੁਨੀਆ ਮਰਨ ਤੋਂ ਬਾਅਦ ਵੀ ਯਾਦ ਕਰਦੀ ਹੈ। ਹੁਣ ਮੈਂ ਬੇਨਤੀ ਕਰਾਂਗਾ, ਪਰਿਵਾਰ ਦੇ ਬਹੁਤ ਹੀ ਨੇੜੇ ਦੇ ਰਿਸ਼ਤੇਦਾਰ ਹਨ, ਨਾਲੇ ਉਹ ਧੰਨਵਾਦ ਕਰਦੇ ਹਨ। ਉਸ ਤੋਂ ਬਾਅਦ ਪਬਲੀ ਦੀ ਰਸਮ ਹੋਣ ਤੋਂ ਬਾਅਦ ਲੰਗਰ ਲੱਗਾ, ਸਭ ਨੇ ਲੰਗਰ ਛੱਕ ਕੇ ਜਾਣਾ। ਸਾਬਕਾ ਚੇਅਰਮੈਨ ਗੁਰਦੁਆਰੇ ਸਾਹਿਬ ਨੂੰ ਬੇਨਤੀ ਕਰਾਂਗਾ, ਤੁਸੀਂ ਇਹ ਪਰਿਵਾਰ ਦੇ ਰਿਸ਼ਤੇਦਾਰ ਵਿੱਚ ਨਹੀਂ ਹੋ, ਨਾਲੇ ਪਰਿਵਾਰ ਸਾਰੀ ਆਈ ਸੰਗਤ ਦਾ ਧੰਨਵਾਦ ਕਰਦੇ ਹੋ, ਨਾਲੇ ਬਾਅਦ ਵਿੱਚ ਬੱਚੇ ਨੂੰ ਪਬਲੀ ਦੀ ਰਸਮ ਹੋਣੀ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਵਾਲੀਏ ਕੁੱਲ ਆਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਜੀ ਬੈਠੀ ਗੁਰਦੁਆਰੇ ਸਾਧ ਸੰਗਤ ਜੀ ਅਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਾਜਨ ਮੈਂਡੇ ਰੰਗਲੇ ਜਾਏ ਸੁੱਕੇ ਜੀਰਾਨ ਓਮ ਵੀ ਰੋਵਾਂ ਲੋਮਣੀ ਓਮ ਵੀ ਵਨੀਆਂ ਲੋਮਣੀ ਰੋਵਾਂ ਕੀਣੀ ਮਾਂ ਰਾਜੇ ਰਹੀਤ ਸਿਕਦਾਰ ਕੋਈ ਨਾ ਰਹਿ ਸਕਿਓ ਹੱਟ ਪਟਕ ਬਾਜ਼ਾਰ ਹੁਕਮੀ ਪੈ ਸਕੇ ਹੁਕਮੇ ਅੰਦਰ ਸਭ ਤੋਂ ਬਾਹਰ ਹੁਕਮ ਨਾ ਪਏ ਉਸੇ ਹੁਕਮ ਮੁਤਾਬਕ ਮੇਰਾ ਬਹੁਤ ਹੀ ਪਿਆਰਾ ਵੀਰ ਸਰਦਾਰ ਬਲਕਾਰ ਸਿੰਘ ਜੀ ਜੌਹਲ ਸਾਥੋਂ ਸਰੀਰਕ ਤੌਰ 'ਤੇ ਵਿਛੜ ਗਏ ਨੇ। ਸਾਰੇ ਬੁਲਾਰਿਆਂ ਨੇ ਜੌਹਲ ਸਾਹਿਬ ਦੀ ਜ਼ਿੰਦਗੀ ਬਾਰੇ ਬਹੁਤ ਕੁਝ ਦੱਸਿਆ ਹੈ। ਮੈਂ ਤਾਂ ਇਹੋ ਕਹੂੰਗਾ ਕਿ ਚੰਗੇ ਮਨੁੱਖ ਵਿੱਚ ਜੋ ਗੁਣ ਹੋਣੇ ਚਾਹੀਦੇ ਨੇ ਉਹ ਸਾਰੇ ਦੇ ਸਾਰੇ ਜੌਹਲ ਸਾਹਿਬ ਦੇ ਵਿੱਚ ਸਨ। ਸੰਸਾਰੀ ਜੀਵ ਹੈ ਗ੍ਰਿਸਤੀਆਂ ਬਹੁਤ ਸੂਝਵਣ ਬੁਲਾ ਰਹੇ ਨੇ, ਉਹਨਾਂ ਦੀ ਜ਼ਿੰਦਗੀ ਬਾਰੇ ਦੱਸਿਆ ਹੈ। ਦਰਬਾਰ ਲੱਗਾ ਸੀ, ਮਹਾਂਪੁਰਸ਼ਾਂ ਨੇ ਸੰਗਤ ਨੂੰ ਪੁੱਛਿਆ ਇਹ ਦੁਨੀਆਂ ਦੇ ਸਭ ਤੋਂ ਔਖਾ ਔਰ ਭਾਰਾ ਕੰਮ ਕਿਹੜਾ। ਸਵਾਲ ਪਾਇਆ ਸੰਗਤ ਨੂੰ, ਕਿਸੇ ਨੇ ਕੁਝ ਕਿਹਾ ਕਿਸੇ ਨੇ ਕੁਝ ਦੱਸਿਆ ਹੈ। ਮਹਾਂਪੁਰਸ਼ ਕਹਿਣ ਲੱਗੇ ਨਹੀਂ ਬਈ ਇਹ ਨਹੀਂ ਗੱਲ, ਦੁਨੀਆਂ ਦੇ ਸਭ ਤੋਂ ਔਖਾ ਕੰਮ ਮਾਂ ਨੇ ਪੁੱਤ ਦਾ ਕਤਲ ਸੁਣਾ ਹੈ ਔਰ ਪਿਓ ਲਈ ਸਭ ਤੋਂ ਔਖਾ ਕੰਮ
ਭਾਰਾ ਕੰਮ ਆਪਣੇ ਪੁੱਤ ਦੀ ਅਰਥੀ ਨੂੰ ਮੋਢਾ ਦੇਣਾ। ਮੇਰੇ ਵੀਰ ਸਰਦਾਰ ਗੁਰਦਾਸ ਸਿੰਘ ਜੀ ਇਹ ਕੰਮ ਕੀਤਾ ਔਰ ਮੇਰੇ ਬਜ਼ੁਰਗ ਬੈਠੇ ਨੇ ਸਰਦਾਰ ਸਾਧ ਸਿੰਘ ਜੀ, ਉਹਨਾਂ ਨੂੰ ਯੋਗ ਕੰਮ ਕਰਨਾ। ਸ਼ੇਖ ਵੀਰ ਜੀ ਜਾ ਰਹੇ ਨੇ ਨਾਲ ਸੰਗਤ ਹੈ। ਇੱਕ ਪਿੰਡ ਹੈ ਬਹੁਤ ਸੁੰਦਰ ਨਗਰ ਹੈ, ਉਗ ਵਸੋਂ ਉਸ ਪਿੰਡ ਦੀ ਕੋਲੋਂ ਤੋਂ ਦਰਿਆ ਵਗ ਰਿਹਾ ਹੈ। ਪਿੰਡ ਵਿੱਚ ਮੰਦਰ ਗੁਰਦੁਆਰਾ ਮਸੀਤ ਸਾਰੀ ਚੀਜ਼ਾਂ ਮੌਜੂਦ ਨੇ। ਸ਼ੇਖ ਵੀਰ ਜੀ ਨੇ ਆਪਣੇ ਸਾਥੀਆਂ ਨੂੰ ਕਿਹਾ ਮੇਰਾ ਦਿਲ ਕਰਦਾ ਹੈ ਅੱਜ ਦਾ ਰਾਤ ਦਾ ਵਿਸ਼ਰਾਮ ਇਸ ਪਿੰਡ ਵਿੱਚ ਕਰੀਏ। ਹੁਕਮ ਮੰਨਿਆ ਗਿਆ। ਨਗਰ ਵਾਲਿਆਂ ਬੜੀ ਸੇਵਾ ਕੀਤੀ ਹੈ, ਸਤਸੰਗ ਹੋਇਆ ਹੈ। ਸਵੇਰੇ ਨਗਰ ਵਾਲਿਆਂ ਨੇ ਬੜੇ ਸਤਿਕਾਰ ਨਾਲ ਬੜੇ ਮਾਣ ਨਾਲ ਸ਼ੇਖ ਵੀਰ ਜੀ ਨੂੰ ਵਿਦਾ ਕੀਤਾ। ਕੋਈ ਸਮਾਂ ਬਾਅਦ ਫਿਰ ਸ਼ੇਖ ਵੀਰ ਜੀ ਉਸੇ ਰਸਤੇ 'ਤੇ ਲੰਘੇ ਹੈ। ਕੀ ਵੇਖਿਆ ਹੈ ਕਿ ਉਹ ਜਿਹੜਾ ਭੁੱਖ ਵਸਦਾ ਪਿੰਡ ਜਿਹਦੇ ਇਲਾਕੇ ਦੀ ਦਰਿਆ ਜਾ ਰਿਹਾ ਸੀ ਉਸ ਪਿੰਡ ਦਾ ਨਾਮੋ ਨਿਸ਼ਾਨ ਮਿਟ ਗਿਆ। ਦਰਿਆ ਦੇ ਮਹਿਲ ਨੇ ਪਿੰਡ ਤਬਾਹ ਕਰ ਦਿੱਤਾ। ਸ਼ੇਖ ਵੀਰ ਜੀ ਨੂੰ ਬੜਾ ਗੁੱਸਾ ਆਇਆ, ਦਰਿਆ ਨੂੰ ਕਹਿਣ ਲੱਗੇ ਕੰਦੀ ਵੈਰ ਨਾ ਕਹਾ ਤੂੰ ਵੀ ਲੇਖਾ ਦੇਵਣਾ, ਕੰਦੀ ਵੈਰ ਨਾ ਕਹਾ ਤੂੰ ਵੀ ਲੇਖਾ ਦੇਵਣਾ। ਦਰਿਆ ਹੱਥ ਜੋੜ ਕੇ ਖਲੋ ਗਿਆ ਹੈ। ਮਹਾਰਾਜ ਮਾਫ ਕਰਿਓ, ਜਿੱਧਰ ਰੱਬ ਰਜਾਈ ਵੈਣ ਕਦਾਉ ਗਉ ਕਰੇ, ਮੇਰਾ ਕੋਈ ਵਸ ਨਹੀਂ ਗਏ। ਮੇਰੀ ਹੱਥ ਜੋੜ ਕੇ ਬੰਦਗੀ ਜੇ ਮੈਨੂੰ ਸਰਾਪ ਨਾ ਦੇ ਦਿਓ, ਮੇਰੇ ਕੋਈ ਵਸ ਨਹੀਂ, ਜੋ ਮੈਨੂੰ ਹੁਕਮ ਉੱਤੋਂ ਆਇਆ ਹੈ ਮੈਂ ਨਾ। ਸੋ ਭਾਈ ਇਹ ਕਿਸੇ ਦੇ ਵਸ ਨਹੀਂ, ਜੋ ਕਾਰਪੁਰਤ ਨੇ ਕਰਨਾ ਹੈ ਉਹ ਹੀ ਹੁੰਦਾ ਹੈ। ਅੱਜ ਇੰਨੀ ਵੱਡੀ ਸੰਗਤ ਦੇ ਹਾਜ਼ਰੀ ਇੱਥੋਂ ਪਤਾ ਲੱਗਦਾ ਸਰਦਾਰ ਗੁਰਿੰਦਰ ਸਿੰਘ ਜੀ ਮਨੁੱਖ ਦੇ ਜਾਣ ਤੋਂ ਬਾਅਦ ਉਹਨੂੰ ਯਾਦ ਕੀਤਾ ਜਾਂਦਾ ਹੈ ਕਿ ਚੰਗੇ ਕੰਮ ਕੀਤੇ ਹੋਣ ਤੇ ਚੰਗਿਆ ਜੋ ਦੇਵੇ ਵਧਾਏ ਹੋਸ਼ੀ ਬਣਾਏ ਨਾ ਦਾਇ ਨਾ ਦੌਲਤ ਕਸੇ ਬੇਸ਼ਮਾਰ ਨਾ ਰਹੇਗੇ ਕਰੋੜੀ ਨਾ ਰਹੇਗੇ ਹਜ਼ਾਰ। ਸਾਰਿਆਂ ਚਲੇ ਜਾਣਾ ਹੈ ਪਰ ਜੋ ਆਪਣਾ ਮਰਨਾ ਸਵਾਰ ਗਿਆ ਜਿਸ ਮਾਮੇ ਤੇ ਜੰਗ ਡਰੇ ਮੇਰੇ ਮਨ ਆਨੰਦ। ਬੜੀ ਬਿਮਾਰੀ ਆਈ ਉਹ ਸ਼ੇਰ ਡੋਲਿਆ ਨਹੀਂ, ਮੈਂ ਨਮਸਕਾਰ ਕਰਦਾ ਹੈ ਔਰ ਮੈਂ ਤੁਹਾਡਾ ਧੰਨਵਾਦ ਕਰਦਾ ਹੈ ਕਿ ਤੁਸੀਂ ਉਸ ਮਨੁੱਖ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਕਰਨ ਆਏ ਹੋ ਜਿਹਦਾ ਤੁਹਾਡੇ ਦਿਲਾਂ ਵਿੱਚ ਬਹੁਤ ਥਾਂ ਆ। ਇਹੋ ਹੀ ਅਰਦਾਸ ਕਰਦਾ ਹਾਂ। ਸੰਮਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ ਦਿਓ ਸੱਜਣ ਸੀਸਣੀਆਂ ਜੋ ਹੋਏ ਸਹਿਬ ਸੁਮੇਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ। ਅੱਛਾ ਜੋ ਹਰਮਿੰਦਰ ਸਿੰਘ ਜੀ ਸੇਵ ਸਮਾਨ ਵੀ ਪਹੁੰਚੇ ਹੋਏ ਹਨ ਇੱਥੇ ਅਸੀਂ ਸੈਂਟੀ ਕਿਤਨੀ ਗੱਡੀ ਲੱਗੀ ਹੈ ਰਸਤੇ ਵਿੱਚ ਤਾਂ ਸਾਂ ਕਰ ਲਓ ਜੀ। ਉਹਨਾਂ ਬੇਨਤੀ ਕਰਾਂਗਾ ਸਰਦਾਰ ਬਲਵਿੰਦਰ ਸਿੰਘ ਐਮ ਐਲ ਏ ਹਲਕਾ ਸ੍ਰੀ ਅੰਮ੍ਰਿਤਸਰ ਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਚੀ ਗੋਦ ਵਿੱਚ ਬੈਠ ਕੇ ਸਤਸੰਗ ਜੀ ਸਭ ਤੋਂ ਪਹਿਲਾਂ ਫਤਿਹ ਦੇ ਸਾਜ ਭਾਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ
गुरु साहब का परिवार है जिहा चली लिखा तिहा पाए कले आए नानका के सजे उठी जाए साढ़े बहुत ही प्यारे भरम मित्र भरा दोस्त जो भी कह दो कि उन्होंने एक वडप्पन सरदार बलकार सिंह जी जो एस जी ओ जे कि साढ़े भरा इस दुनिया को सतगुर के दिते हुए स्वागत साहब की कुछ को भोग के गए हैं अच सारे रिश्तेदार साथ सुनई जौ परिवार को प्यार करने वाले इकट्ठे होकर उन्होंने अंतम अरदास गुरु साहब के चरणा च अरदास कर रहे हैं। मैं तो पहला सारे मेरे वीर बुला रहे हैं और खास तौर पर साढ़े अंकल जी जे उन्हें बोल के गए हैं उन्होंने शरदा के मुख पेंट करके गए हैं। मैं समझा कि ऐसे इंसान को पता नहीं परमात्मा ने क्यों इन्नी जल्दी बुला लिया क्योंकि सब का ही प्यारा से दिलदार बंदा बहुत चिर तो जो कि आप समाज निकले हैं उदों का ही उन्होंने जोड़ा प्यार हसमुख खिड़े मथे जी आया कर वाला वीर साढ़े तो विछड़ गया है। मेरा इस परिवार का बड़ा डूंगा रिश्ता है। मैं दसना चाहवागा कि जो मैं जिला परिषद का चेयरमैन बनया ये उदों पलात के बतौर उसे एस एस ओ काम करते सर इन्हों टेलीफोन किसी ने किया कि चेयरमैन रविंद्र लाड़ी बन गया जिन्हें उसे साथी से जिन्हें उसे उन्होंने राम ऑफिसर सर सारे उस वे बुला के अपने दफ्तर कि मैं पार्टी कर रही है मेरा भरा चेयरमैन बनया इन्नी योजे इंसान थी जिसे अंदर प्यार श्रद्धा से मैं कदे भी अपने दिल के जो याद करीदा हमेशा जो मिलना है पिछले जो बेटे वालों जो एक वाला हादसा वापरिया असल में साढ़े वालों बहुत इस परिवार के जिन्हें गुरु साहब ने इन्होंने माण बख्शिया हर पक्षों कोई कमी नहीं परमात्मा ने हर पक्षों पूरा सत्कार दे के पर जी घाट जो बेटे की पी उदों भी बहुत वाला लाभ होता पर उस तो बाद हौली हौली जोड़ा इस परिवार के आ जो वापरिया मैं अपने बेटे जोड़ा वीर अपनी भैन यही कहगा कि परमात्मा का भाड़ा मनना पैना क्योंकि साढ़े कोई चारा नहीं जो चारा होता तो आप सारे जिले बच सकते पर इस जो श्वासा की पूजी है वो अगे कोई किसी का चारा नहीं अज वो भरा साढ़ा भावे साढ़े च नहीं लेकिन या ज्यादा वो जरा हसमुख जरा चेहरा वो हमेशा साढ़े दिल रहना है। गुरु साहब कृपा कर परमात्मा उन्होंने अपने चरणा वास पिछों सू सारे रिश्तेदार के सागा संबंधियों में और सारे सजा मित्रों इस पहाड़े में हिम्मत और बल बख्शन मैं अपने वालों दिल दिया लड़ाई इस परिवार का जितने दुख साझा करता उसे गुरु साहब के चरण चरदास बेनती करता कि सच्चे पातशाह सानू एक हिम्मत दे ताकत दे अपने भरा के विछोड़े संभल सके इन्हों शब्दों फतेह सच वाहगुरु जी का खालसा श्री वाहगुरु जी उन्होंने घरों को आ रहे हैं जो कि साहब का एम सी एम सी पहुंचे हैं उन सारे परिवार को